ਰੋਮੈਟ ਐਂਡ ਜੂਲੀਅਟ ਫਿਲਮ ਕਿਵੇਂ ਲੱਗੀ? ਵੈਰੀ ਨਾਈਸ, ਉਹਨਾਂ ਨੇ ਸੋਹਣਾ ਮੈਸੇਜ ਦਿੱਤਾ ਹੈਗਾ, ਐਕਟਿੰਗ ਵਧੀਆ ਸੀ ਤੇ ਫਨੀ ਜੋਕਸ ਨੇ, ਬਹੁਤ ਵਧੀਆ ਫਿਲਮ ਹੈਗੀ। ਸਾਰਿਆਂ ਦਾ ਕੰਮ ਬਹੁਤ ਜ਼ਿਆਦਾ ਵਧੀਆ ਹੈਗਾ, ਰਾਣਾ ਨਵੀਨ ਭਾਈ ਦਾ ਉਹ ਹੈਗੇ ਆ, ਬੀ ਐਨ ਸ਼ਰਮਾ ਜੀ ਬਹੁਤ ਵਧੀਆ ਕੰਮ ਕਰਿਆ ਸਾਰਿਆਂ, ਜਗਜੀਤ ਭਾਜੀ, ਨੀਰੂ ਬਾਜਵਾ, ਹੋਰ ਤਾਂ ਜੈਸਮੀਨ ਬਾਜਵਾ, ਉਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ। ਵੈਰੀ ਨਾਈਸ, ਅੱਛਾ ਹੈ, ਅੱਛਾ ਹੈ। ਅਸੀਂ ਜੱਟ ਐਂਡ ਜੂਲੀਅਟ 3 ਦੇਖੀ ਸੀ ਐਂਡ ਇਟ ਵਾਜ਼ ਰੀਅਲੀ ਫਨ ਮੂਵੀ ਐਜ਼ ਆਲਵੇਜ਼। ਦਿਲਜੀਤ ਦੋਸਾਂਝ ਦਾ ਗੋਟ, ਐਕਟਿੰਗ ਵਧੀਆ ਸੀ ਅਤੇ ਫਨੀ ਜੋਕਸ ਨੇ, ਬਟ ਨੀਰੂ ਬਾਜਵਾ ਵਧੀਆ ਐਕਟਿੰਗ ਕੀਤੀ ਸੀ ਅਤੇ ਆਈ ਫੀਲ ਲਾਈਕ ਪਾਰਟ 1 ਐਂਡ 2 ਵਾਜ਼ ਗੁੱਡ, ਲਾਈਕ ਬੈਟਰ ਦੈਨ ਦਿਸ, ਬਟ ਯਾ ਆਈ ਇੰਜੋਇਡ ਇਟ, ਇਟ ਇਜ਼ ਫਨ। ਜੱਟ ਐਂਡ ਜੂਲੀਅਟ ਫਿਲਮ ਕਿਵੇਂ ਲੱਗੀ? ਬਹੁਤ ਵਧੀਆ ਫਿਲਮ ਹੈਗੀ। ਸਾਰਿਆਂ ਦਾ ਕੰਮ ਬਹੁਤ ਜ਼ਿਆਦਾ ਵਧੀਆ ਹੈਗਾ, ਰਾਣਾ ਨਵੀਨ ਭਾਈ ਦਾ ਉਹ ਹੈਗੇ ਆ, ਬੀ ਐਨ ਸ਼ਰਮਾ ਜੀ ਬਹੁਤ ਵਧੀਆ ਕੰਮ ਕਰਿਆ ਸਾਰਿਆਂ, ਜਗਜੀਤ ਭਾਜੀ, ਨੀਰੂ ਬਾਜਵਾ, ਹੋਰ ਤਾਂ ਜੈਸਮੀਨ ਬਾਜਵਾ, ਉਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ। ਮਤਲਬ ਕਿ ਪੁਲਿਸ ਬਾਰੇ ਉੱਤੇ ਉਹਨਾਂ ਨੇ ਸੋਹਣਾ ਮੈਸੇਜ ਦਿੱਤਾ ਹੈਗਾ, ਬਹੁਤ ਵਧੀਆ ਸੀ, ਆਲ ਓਵਰ ਦਸਟ ਉਹ ਸੀ, 100 ਨੰਬਰ ਹੀ ਦੇਵਾਂਗੇ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ। ਬਸ ਇਹੀ ਹੈ ਜੀ, ਹੁਣ ਫਿਲਮ ਰਿਲੀਜ਼ ਹੋ ਗਈ ਹੈ, ਸਾਰੇ ਜਣੇ ਜਾ ਕੇ ਫਿਲਮ ਦੇਖੋ ਅਤੇ ਬਸ ਇਹੀ ਕਹਿਣਾ ਸੀ। ਸਾਡੇ ਕਹਿੰਦੇ ਤਾਂ ਬਹੁਤ ਜ਼ਿੰਮੇਵਾਰੀ ਸੀ ਕਿਉਂਕਿ ਰਾਈਟਰ ਦੇ ਨਾਲ ਅਤੇ ਡਾਇਰੈਕਟਰ ਵੀ ਸੀਗੇ, ਸੋ ਲੱਗ ਰਿਹਾ ਕਿ ਜ਼ਿੰਮੇਵਾਰੀ ਉਹ ਮੋਢੇ ਤੋਂ ਬੋਝ ਉਤਰ ਗਿਆ ਹਨਾ? ਨਹੀਂ, ਡੈਫੀਨੇਟਲੀ ਫਿਲਮ ਰਿਲੀਜ਼ ਹੋ ਗਈ ਜੀ ਅਤੇ ਉਹ ਜ਼ਿੰਮੇਦਾਰੀ ਤਾਂ ਖਤਮ ਹੋ ਜਾਂਦੀ ਹੈ, ਬਟ ਕਿਉਂਕਿ ਅਨੁਰਾਗ ਭਾਅ ਜੀ ਸੀਗੇ ਉਹ ਸਾਡੀ ਇੰਡਸਟਰੀ ਦੇ ਵਨ ਆਫ ਦਾ ਬੈਸਟ ਡਾਇਰੈਕਟਰ ਹੈ, ਵਨ ਆਫ ਦਾ ਕੀ ਬੈਸਟ ਹੀ ਹੈ, ਸੋ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਇਹ ਬ੍ਰਾਂਡ ਹੈ, ਸੋ ਇੱਕ ਬਹੁਤ ਵੱਡੀ ਰਿਸਪੋਂਸਿਬਿਲਟੀ ਹੁੰਦੀ ਹੈ ਕਿਸੇ ਹੋਰ ਦੀ ਥੋਟ ਪ੍ਰੋਸੈਸ ਨੂੰ ਫੜ ਕੇ ਉਹਨੂੰ ਕੰਟੀਨਿਊ ਕਰਨਾ, ਅਤੇ ਹੁਣ ਫਿਲਮ ਲੱਗ ਗਈ ਹੈ, ਬਾਕੀ ਲੋਕਾਂ ਨੇ ਦੱਸਣਾ, ਬਟ ਮੈਂ ਰੇਵਨਿਊ ਮੈਂ ਰਿਲੈਕਸ ਹੈ ਕਿ ਚਲੋ ਹੁਣ ਕੰਮ ਖਤਮ ਹੋ ਗਿਆ। ਨਹੀਂ, ਕਿਉਂਕਿ ਐਕਚੁਲੀ ਇਹ ਫਿਲਮ ਆਲਰੇਡੀ ਅਨੁਰਾਗ ਭਾਅ ਜੀ ਨੇ ਹੀ ਕਰਨੀ ਸੀਗੀ, ਸੋ ਲਾਸਟ ਟਾਈਮ 'ਤੇ ਕਿਉਂਕਿ ਉਹਨਾਂ ਦਾ ਕੁਛ ਹਿੰਦੀ ਦਾ ਆ ਗਿਆ ਸੀਗਾ ਤਾਂ ਲਾਈਨਅਪ ਸੀਗਾ ਉਹਨਾਂ ਦਾ, ਸੋ ਨਹੀਂ ਕਰ ਪਾਏ ਤਾਂ ਇਹ ਫਿਲਮ ਮੇਰੇ ਕੋਲ ਆ ਗਈ ਹੈ। ਮਤਲਬ ਮੇਰਾ ਥੋਟ ਨਹੀਂ ਹੈ, ਇਹ ਟੀਮ ਦਾ, ਉਹਨਾਂ ਨੇ ਐਜ਼ ਏ ਟੀਮ ਮੈਨੂੰ ਸਿਲੈਕਟ ਕੀਤਾ ਕਿ ਤੁਸੀਂ, ਅਨੁਰਾਗ ਭਾਅ ਜੀ ਅਵੇਲੇਬਲ ਨਹੀਂ ਸੀਗੇ ਸੋ ਤਾਂ ਕਰਕੇ। ਦੋਵਾਂ ਦੀ ਜੋੜੀ ਜਿਹੜੀ ਹੈ ਨੀਰੂ ਐਂਡ ਦਿਲਜੀਤ ਦੀ ਕਾਫੀ ਸੁਪਰ ਸੁਪਰ ਹਿੱਟ ਹੋਈ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ, ਬਟ ਇਹ ਜੱਟ ਐਂਡ ਜੂਲੀਅਟ ਇਹ ਪੰਜਾਬ 'ਚ ਹਿੱਟ ਨਹੀਂ, ਜੋ ਕਰੇਜ਼ ਜਦੋਂ ਦਿਲਜੀਤ ਭਾਅ ਜੀ ਆਏ ਉਹ ਕਰੇਜ਼ ਦੇਖਣ ਨੂੰ ਮਿਲਿਆ। ਕਈ ਵਾਰੀ ਕੀ ਹੁੰਦਾ ਕਿ ਜੀ ਵੱਡੇ ਐਕਟਰ ਦੇ ਨਾਲ ਇੰਨਾ ਕਰੇਜ਼ ਹੁੰਦਾ, ਉਹਦੀ ਫੈਨ ਫੋਲੋਇੰਗ ਇੰਨੀ ਹੁੰਦੀ ਹੈ, ਡਾਇਰੈਕਟਰ ਨੂੰ ਹੁੰਦਾ ਕਿ ਯਾਰ ਐਡਾ ਵੱਡਾ ਐਕਟਰ ਆ ਲੋਕਾਂ ਨੇ ਦੇਖਣ ਆ ਜਾਣਾ, ਤੁਹਾਨੂੰ ਇਹ ਵੀ ਸੀਗਾ ਕਿ ਹਾਂ ਯਾਰ ਦਿਲਜੀਤ ਭਾਅ ਜੀ ਹੈਗੇ ਨੇ ਫਿਲਮ 'ਚ ਤਾਂ ਫਿਲਮ ਚੱਲ ਸਕਦੀ ਹੈ? ਨਹੀਂ, ਐਕਚੁਲੀ ਇਹ ਫਿਲਮ ਦਾ ਜੋ ਵੀ ਕ੍ਰੈਡਿਟ ਹੈ, ਇਹ ਫਿਲਮ ਦਾ ਕ੍ਰੈਡਿਟ ਅਨੁਰਾਗ ਭਾਅ ਜੀ ਦਾ, ਉਸ ਬ੍ਰਾਂਡ ਦਾ ਅਤੇ ਦਿਲਜੀਤ ਭਾਈ ਅਤੇ ਨੀਰੂ ਮੈਮ ਦਾ ਹੈ ਨਾ। ਮਤਲਬ ਮੈਨੂੰ ਤਾਂ 100% ਇਸ ਫਿਲਮ ਦਾ ਸਿਰਫ ਕ੍ਰੈਡਿਟ ਹੀ ਮਿਲਿਆ ਕਹਿ ਸਕਦੇ ਹੋ ਤੁਸੀਂ, ਮਤਲਬ ਇਹ ਉਹਨਾਂ ਦੇ ਨਾਮ ਨੂੰ ਚੱਲ ਰਹੀ ਹੈ, ਜੋ ਇੰਨੀ ਭੀੜ ਆ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ, ਇਹ ਦਿਲਜੀਤ ਭਾਈ ਦਾ ਜੋ ਅੱਜ ਟਾਈਮ ਚੱਲ ਰਿਹਾ, ਜੋ ਉਹਨਾਂ ਨੇ ਇੰਨੇ ਸਾਲਾਂ 'ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ, ਸੋ ਇਹ ਜਿਸ ਤਰੀਕੇ ਦੀ ਆਡੀਅੰਸ ਰਿਸਪੋਂਸ ਹੈ, ਇਹ 100% ਉਹਨਾਂ ਦਾ। ਫਿਲਮ ਦੀ ਮੈਂ ਇੱਕ ਲਿਸਟ ਵੇਖ ਰਿਹਾ ਸੀ ਪੀਜੀ, ਪਤਾ ਨਹੀਂ ਬਾਹਰ ਕਿਹੜੀਆਂ ਕਿਹੜੀਆਂ ਕੰਟਰੀ ਜਿੱਥੇ ਨਹੀਂ ਵੀ ਰਿਲੀਜ਼ ਹੋਈ ਸੀ ਅੱਜ ਤੱਕ ਪੰਜਾਬੀ ਫਿਲਮ ਕੋਈ ਜੀ, ਉੱਥੇ ਵੀ ਇਹ ਫਿਲਮ ਲੱਗੀ ਹੋਈ ਔਰ ਪਾਕਿਸਤਾਨ 'ਚ ਮੈਨੂੰ ਲੱਗਦਾ ਅੱਜ ਤੋਂ ਹੀ ਲੱਗ ਗਈ ਹੈ। ਹਾਂਜੀ, ਕਿਉਂਕਿ ਉਹੀ ਗੱਲ ਹੈ ਕਿ ਹੁਣ ਦਿਲਜੀਤ ਭਾਅ ਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ ਹੈ ਨਾ, ਉਹਨਾਂ ਦੀ ਰੀਚ ਓਨੀ ਵੱਡੀ ਹੈ,
ਸੋ ਜਿੰਨਾ ਵੱਡਾ ਸਟਾਰ ਹੁੰਦਾ, ਜਿੰਨੀ ਵੱਡੀ ਫਿਲਮ ਹੁੰਦੀ ਹੈ, ਓਨੀਆਂ ਜ਼ਿਆਦਾ ਕੰਟਰੀ 'ਚ ਸਾਨੂੰ ਸਕਰੀਨਾਂ ਮਿਲਦੀਆਂ, ਸ਼ੋਜ਼ ਮਿਲਦੇ ਆ। ਸੋ ਤਾਂ ਕਰਕੇ ਇਹ ਵਰਲਡ ਵਾਈਡ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ ਅੱਜ ਤੱਕ ਦੀ, ਮਤਲਬ ਜਿੰਨੀ ਆ, ਮਤਲਬ ਓਵਰਸੀਜ਼ ਦੀ ਗੱਲ ਕਰੀਏ ਤਾਂ। ਹਾਂਜੀ, ਓਵਰਸੀਜ਼ 'ਚ ਵੀ, ਇੰਡੀਆ 'ਚ ਵੀ। ਇੰਡੀਆ 'ਚ, ਇੰਡੀਆ 'ਚ ਹੋਰ ਕਿੱਥੇ ਕਿੱਥੇ, ਮਤਲਬ ਆਊਟ ਸਾਈਡ ਤੋਂ ਬਾਹਰ ਵੀ? ਹਾਂਜੀ, ਪੂਰੇ ਇੰਡੀਆ 'ਚ ਲੱਗੀ ਹੈ, ਮਤਲਬ ਜਿੰਨੇ ਇਸ ਫਿਲਮ ਦੇ ਸ਼ੋਅ ਹੈ ਇੰਨੇ ਅੱਜ ਤੱਕ ਕਿਸੇ ਪੰਜਾਬੀ ਫਿਲਮ ਦੇ ਨਹੀਂ ਲੱਗੇ। ਨਾ ਜਿੰਨੀਆਂ ਸਿਟੀ, ਜਿੰਨੀਆਂ ਕੰਟਰੀਜ਼ ਇਸ ਫਿਲਮ ਨੇ ਕਵਰ ਕੀਤੀਆਂ, ਸੋ ਐਡੀ ਵਾਸਟ ਰਿਲੀਜ਼ ਕੋਈ ਪੰਜਾਬੀ ਫਿਲਮ ਨਹੀਂ ਹੈ। ਜਿੱਦਾਂ ਹੁਣ 3 ਹਿੱਟ ਹੋ ਹੀ ਜਾਣੀ, ਹੋ ਹੀ ਗਈ, ਲੋਕਾਂ ਦਾ ਕ੍ਰੇਜ਼ ਇੰਨਾ ਹਿੱਟ ਹੋ ਗਈ, ਅਤੇ 4 ਦੀ ਵੀ ਤੁਸੀਂ ਪਲੈਨਿੰਗ ਕਰੋਗੇ ਸਕ੍ਰਿਪਟਿੰਗ? ਹਜੇ ਐਕਚੁਅਲੀ 4 ਦਾ ਕੋਈ ਪਲਾਨਿੰਗ ਨਹੀਂ ਗੀ, ਬਟ ਮੇਰੀ ਤਾਂ ਇਹੀ ਕੋਸ਼ਿਸ਼ ਰਹੂਗੀ ਕਿ ਅਨੁਰਾਗ ਭਾਅ ਜੀ ਕਰਨ, ਕਿਉਂਕਿ ਉਹਨਾਂ ਦਾ ਹੀ ਬ੍ਰਾਂਡ ਹੈ। ਸੋ ਬਿਜ਼ੀ ਸੀਗੇ ਤਾਂ ਨਹੀਂ ਕਰ ਪਾਏ, ਅਤੇ ਰੱਬ ਕਰੇ ਕਿ 4 'ਚ ਸਬੱਬ ਬਣੇ, ਉਹ ਵਾਪਸ ਆਪਣੇ ਬ੍ਰਾਂਡ ਨੂੰ ਆ ਕੇ ਸੰਭਾਲਣ। ਸੋ ਬਟ ਮੈਂ ਚਾਹੂੰਗਾ ਕਿ ਮੈਂ ਐਜ਼ ਏ ਰਾਈਟਰ ਇਸ ਫਿਲਮ ਦਾ ਪਾਰਟ ਬਣਿਆ ਰਹਾਂ।